बिस्मिल्लाहिर्रहमानिर्रहीम अस्सलाम वालेकुम। पंजाबी प्लेट ही तुहानूं जी आयां नूं कहिंदी आ। अज मैं बनाउण लईआं गजरेला। उहदे विच मैं इह चावल लै लए ने, इह कप है ना जिहड़ा, इक मैं चावलां दा लै लिया, इहनां नूं मैं धो के धर लिया। ते इह गाजरां ने कद्दूकस कर लईआं ने, ते इह देसी घिओ है, ते इह जिहड़ा इह गरी है, बदाम ने, ते खोया। उह चीनी पावांगी। इह मैं 4 लीटर दुध लै लिया, इनू उबाला आंदा है, ते विच चावल पाने आ, ते फिर दसनी आ नालों नाल। ए साढ़े दुध नू उबाल आ गया, मैं विच चावल पा लैनी आ। एक दो उबाला आंदा चावलां, ते फिर मैं विच गाजरा पा लैनी आ। ਇਹ ਉਬਾਲੇ ਆਉਂਦੇ ਨੇ ਪਏ ਹੁਣ, ਚਾਵਲ ਮੈਂ ਪਾਏ ਨੇ ਵਿੱਚ, ਅਤੇ ਇਹ ਹੁਣ ਪਾ ਲੈਂਦੀ ਹਾਂ 1-1.5 ਮਿੰਟ ਬਾਅਦ ਗਾਜਰਾਂ ਵੀ। ਥੋੜ੍ਹੇ ਜਿਹੇ ਚਾਵਲ ਗਲ ਲੈਣ, ਫਿਰ ਗਾਜਰਾਂ ਜਲਦੀ ਗਲ ਜਾਣਗੀਆਂ ਨੇ, ਚਾਵਲਾਂ ਨੂੰ ਜ਼ਰਾ ਦੇਰ ਲਾਉਣੀ ਹੈ, ਇਸ ਵਾਸਤੇ ਗਾਜਰਾਂ ਮੈਂ ਬਾਅਦ ਵਿੱਚ ਪਾਵਾਂਗੀ। ਸਾਡੇ ਨਾ 3-4 ਮਿੰਟ ਹੋ ਗਏ ਨੇ ਮੈਨੂੰ ਚਾਵਲ ਪਾਇਆ, ਚਾਵਲ ਗਲ ਗਏ ਨੇ ਥੋੜ੍ਹੇ ਜਿਹੇ, ਅਤੇ ਫਿਰ ਮੈਂ ਹੁਣ ਪਾ ਲੈਂਦੀ ਹਾਂ ਗਾਜਰਾਂ, ਫਿਰ ਇਕੱਠੇ ਦੋਵੇਂ ਚੀਜ਼ਾਂ ਗਲ ਜਾਣ ਦੂੰ। ਬਿਸਮਿਲ ਹੁਣ ਮੱਠੀ ਮੱਠੀ ਆ ਕੇ ਤਾਂ ਪੇ ਗਲਣ ਦੇਣਾ। चूल्हा में मठा कर छड़े, ऐ हुण मैं दे विच चीनी पा लैनी आ, फिर चीनी ने भी पानी छड़ना, ते फिर थोड़ा जिहा ना इहनू होर थोड़ा जिहा गाल के, ते फिर ऐ रख लैनी आ ना विच विच चीनी, फिर पूरी होई ते फिर नहीं पा लैनियां, ਜ਼ਰੂਰਤ ਪਈ ਤਾਂ ਫਿਰ ਉਹ ਪਾ ਲਾਂਗੀ ਬਕਾਇਆ ਜਿਹੜਾ। ਇਹਦਾ ਜਿਹੜਾ ਪਾਣੀ ਹੁਣ ਛੱਡਣਾ ਚੀਨੀ ਨੇ, ਅਤੇ ਉਹ ਫਿਰ ਖੁਸ਼ਕ ਹੋ ਗਿਆ, ਫਿਰ ਮੈਂ ਪਾਉਂਦੀ ਹਾਂ ਜਿਹੜਾ ਨਾ ਘਿਓ ਦੇਸੀ, ਅਤੇ ਫਿਰ ਉਹਦੇ 'ਚ ਬਾਅਦ ਜਿਹੜਾ ਨਾ ਉਹ ਮੈਂ ਪਾ ਲਾਂਦੀ ਖੋਇਆ। ਹੁਣ ਵਿੱਚ ਨਾਲ ਗਰੀ ਵੀ ਸੱਟ ਲੈਣੀ ਆ, ਬਦਾਮ ਪਹਿਲਾਂ ਮੈਂ ਦੁੱਧ ਵੀ ਸੱਟ ਲਏ ਹੋਏ ਵਿੱਚ ਗਲ ਜਾਣ। ਇਹ ਮੈਂ ਚੀਨੀ ਪਾਈ ਹੈ, ਉਹਦਾ ਪਾਣੀ ਖੁਸ਼ਕ ਹੋ ਗਿਆ, ਅਤੇ ਹੁਣ ਮੈਂ ਪਾਉਂਦੀ ਹਾਂ ਵਿੱਚ ਘਿਓ। ਬਿਸਮਿਲਲਾਹ ਇਹਨੂੰ 4-5 ਮਿੰਟ ਪੱਕ ਰਹਿੰਦਾ, ਇਹਨਾਂ ਵਿੱਚ ਘਿਓ ਵੀ ਮਿਕਸ ਹੋ ਜਾਂਦਾ, ਅਤੇ ਫਿਰ ਵਿੱਚ ਖੋਇਆ ਮੈਂ ਪਾਉਂਦੀ ਹਾਂ, ਫਿਰ ਨਾਲ ਨਾਲ ਦਿਖਾਉਂਦੀ ਹਾਂ।
हूँ मैं विच पा लैनी हाँ खोया ਇਹ ਖੋਇਆ ਵੀ ਮਿਕਸ ਹੋ ਜਾਏਗਾ ਅਤੇ ਨਾਲ ਘਿਓ ਦਾ ਵੀ ਨਹੀਂ ਪਤਾ ਲੱਗਣਾ ਹੈ ਵੀ ਇਹ ਵੀ ਇਹਨੇ ਵਿੱਚ ਹੀ ਮਿਕਸ ਹੋ ਜਾਣਾ ਇਹ ਸਾਡਾ ਗਜਰੇਲਾ ਬਣ ਕੇ ਤਿਆਰ ਹੋ ਗਿਆ ਅਤੇ ਹੁਣ ਮੈਂ ਚੁੱਲ੍ਹਾ ਕਰ ਛੱਡਿਆ ਬੰਦ ਅਤੇ ਹੁਣ ਤੁਹਾਨੂੰ ਦਿਖਾਉਂਦੀ ਹਾਂ ਡਿਸ਼ ਆਊਟ ਕਰਕੇ ਵਿੱਚ ਮਿਕਸ ਹੋ ਗਿਆ ਖੋਇਆ ਵੀ ਘਿਓ ਪਾਇਆ ਉਹ ਵੀ ਮਿਕਸ ਹੋ ਗਿਆ ਅਤੇ ਹੁਣ ਦਿਖਾਉਂਦੀ ਹਾਂ ਡਿਸ਼ ਆਊਟ ਕਰਕੇ ਸਾਡਾ ਗਜਰੇਲਾ ਬਣ ਕੇ ਤਿਆਰ ਹੋ ਗਿਆ ਜੇ ਸਾਡੀ ਰੈਸਪੀ ਪਸੰਦ ਆਈ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਦੋਸਤਾਂ ਨਾਲ ਫੈਮਿਲੀ ਨਾਲ ਅਤੇ ਫਿਰ ਦੀ ਵੀਡੀਓ 'ਚ ਮਿਲਾਂਗੇ ਓਕੇ ਅੱਲਾ ਹਾਫਿਜ਼।